ਚੰਗਾ ਫਿਰ ਸਲਾਮ ਅਲੈਕੁਮ ਅੱਲਾਹ ਦੇ ਵਾਲੇ ਅੱਲਾਹ ਦੀ ਸੁਭਾਨ ਪੁੱਛੋ ਮੈਂ ਕਿੱਥੇ ਜਾ ਰਿਹਾ ਖੈਰ ਨਾਲ ਜਾਤ ਖੈਰ ਨਾਲ ਜਾ ਜਿੱਥੇ ਵੀ ਜਾ ਰਿਹਾ ਲੋਕਾਂ ਨੂੰ ਮੈਂ ਲੰਦਨ ਖਾਣ ਜਾ ਰਿਹਾ ਚਲੋ ਸਹੀ ਹੈ ਠੀਕ ਹੈ ਠੀਕ ਹੈ ਨਾ ਸਹੀ ਘਰ ਨਾਲ ਠੀਕ ਹੈ ਠੀਕ ਹੈ ਬੜਾ ਚੰਗਾ ਨੇਕੀ ਦਾ ਕੰਮ ਪਿਆ ਅੱਛਾ Tell me what happened to your gun? My gun broke over the bridge. ਹਾਂ ਦੋਸਤੋ ਮੈਂ ਛੇ ਛੇ ਦੀ ਚਾਹ ਮੁਕਾ ਲਾਂ ਤੇ ਚੱਲਨੇ ਆ ਬਾਹਰ ਲੰਦਨ ਦੀ ਸੈਰ ਕਰਨ ਅੱਛਾ ਮਾਮਾ ਕੋਈ ਚੀਜ਼ ਬਾਹਰ ਨੂੰ ਚਾਹੀਦੀ ਹੈ ਯਾਰ ਦੋ ਤਰੇ ਨੇ ਤੇ ਆਲੂ ਬਿਲਕੁਲ ਖੁੱਲ ਅੱਛਾ ਦੋਸਤੋ ਅੰਮੀ ਮੇਰੇ ਵਾਸਤੇ ਇਹ ਰੋਟੀ ਬਣਾ ਰਹੇ ਨੇ ਤੇ ਇਹ ਚਾਹ ਬਣਾਈ ਨੇ ਇਹ ਖਾ ਕੇ ਮੈਂ ਚੱਲਿਆ ਮੈਂ ਇੱਕ ਹੀ ਰੋਟੀ ਖਾਣੀ ਕਰੇਲੇ ਤੇ ਚਨਿਆਂ ਦੀ ਦਾਲ ਦਾ ਸਾਗ ਕਿਸੇ ਵੀ ਚੀਜ਼ ਨੂੰ ਘੁਣ ਲੱਗ ਜਾਏ ਜਿਸ ਵੇਲੇ ਹਾਂ ਤੇ ਉਹ ਤਾਂ ਲੱਕੜੀ ਟੁੱਟਣੀ ਟੁੱਟਣੀ ਹੁੰਦੀ ਸੋ ਟੈਲ ਮੀ ਵਾਟ ਡੂ ਯੂ ਨੀਡ ਵੈਨ ਆਈ ਕਮ ਬੈਕ ਆਈ ਨੀਡ ਅ ਲੱਕ ਆਈ ਨੀਡ ਅ ਡੌਗ ਆਈ ਨੀਡ ਅ ਕੰਪਿਊਟਰ ਆਈ ਨੀਡ ਅ ਗਲੈਰੀ ਦੋਸਤੋ ਇਸ ਟਾਈਮ ਮੈਂ ਸਾਊਥ ਈਸਟ ਲੰਡਨ ਐਲਥਮ ਦੇ ਵਿੱਚ ਖਲੋਤੇ ਹਾਂ ਸਵੇਰ 3:30 ਵਜੇ ਦਾ ਟਾਈਮ ਹੈ ਚਿੜੀਆਂ ਛਿੜੀਆਂ ਬੋਲਦੀਆਂ ਨੇ ਪਈਆਂ ਲੋਕ ਘਰਾਂ 'ਚ ਸੁੱਤੇ ਨੇ ਸੋਹਣੇ ਬੰਗਲੇ ਨੇ ਸੋਹਣਾ ਏਰੀਆ ਸੋਹਣੀ ਹਰਿਆਲੀ ਹੈ SC9 ਇਹਦਾ ਪੋਸਟ ਕੋਡ ਹੈ ਔਰ ਇਹ ਨਾਲ ਵੀ ਜੇ ਵੈਲਕਮ ਟੂ ਆਰ ਨਰਸਰੀ ਐਂਡ ਪ੍ਰੀ ਸਕੂਲ ਇਹ ਇੱਥੇ ਜਨਾਬ ਨਰਸਰੀ ਵੀ ਜੇ ਬੱਚਿਆਂ ਵਾਸਤੇ ਆਊਲ ਐਂਡ ਬੀਅਰ ਉੱਲੂ ਅਤੇ ਬੀਅਰ ਛੋਟੇ ਇਹ ਜਨਾਬ ਇਹ ਵੈਬਸਾਈਟ ਹੈ ਅਗਰ ਤੁਸੀਂ ਬੱਚਿਆਂ ਛੱਚਿਆਂ ਨੂੰ ਦਾਖਲ ਕਰਾਉਣਾ ਕਰਾਉਣਾ ਨਿਊ ਕ੍ਰਾਸ ਗੇਟ ਜਾ ਰਹੀ ਜੇ ਅਗਲੀ ਮੇਰੇ ਬਾਦਸ਼ਾਹ ਇੱਕ ਵਾਦੇ ਕੇ ਲੀਏ ਇੱਕ ਵਾਦਾ ਤੜੋੜ ਕੇ ਇਹ ਵਾਦਾ ਹੈ ਮੇਰਾ ਅਗਰ ਬਿਨਾ ਵੀਰਾ ਤੋ ਵੀ ਵਾਪਸ ਆਊਂਗਾ ਕਰਿਆਨਾ ਸਟੋਰ ਹੈ ਛੋਟਾ ਜਿਹਾ ਇੱਥੇ ਕਿਰਾਏ ਦਾ ਇਹ ਬੋਰਡ ਦੀ ਛਾਵੇਂ ਦਰਖਤ ਦੀ ਛਾਵੇਂ ਜਨਾਬ ਲੋਕਲ ਅਥਾਰਟੀ ਹੈ ਜਿਹੜੀ ਉਹ ਕਰਾਈਡਨ ਕੌਂਸਲ ਉਹਨੂੰ ਕਹਿੰਦੇ ਨੇ www.crichton.gov.uk ਦੋਸਤੋ ਇਸ ਟਾਈਮ ਮੈਂ ਕਰਾਈਡਨ ਖਲੋਤੇ ਹਾਂ ਥੋਰਟਨ ਹੀਥ ਰੋਡ 'ਤੇ ਇਹ ਇੱਥੇ ਇੱਕ ਵੈਲੀ ਪਾਰਕ ਸਰਜਰੀ ਹੈ ਬਿਮਾਰ ਸ਼ਮਾਰ ਹੋ ਜਾਵੇ ਬੰਦਾ ਤਾਂ ਦਵਾਈ ਸਵਾਈ ਹੈ ਨਾਲ ਹੀ ਡਾਕਟਰ ਬਹਿੰਦਾ ਅਤੇ ਨਾਲ ਹੀ ਫਾਰਮੈਸੀ ਹੈ ਔਰ ਸਾਹਮਣੇ ਤੁਸੀਂ ਜਿਚਰ ਨੂੰ ਦਵਾਈ ਲੈਣੀ ਹੈ ਉੱਚਰ ਨੂੰ ਤੁਸੀਂ ਇੱਥੋਂ ਹੈਂਡ ਜਾਬ ਹੈਂਡ ਕਾਰ ਵਾਸ਼ ਮਤਲਬ ਹੈ ਕਿ ਕਰਾ ਲਓ ਇੱਥੋਂ ਜਨਾਬ ਗੱਡੀ ਧਵਾਓ ਅਤੇ ਨਾਲ ਦਵਾਈ ਲਓ ਅਤੇ ਨਾਲ ਕੀ ਹਾਲ ਜੇ ਇਹ ਪਾਵਾ ਜੇ ਸਾਊਥ ਈਸਟ ਲੰਡਨ ਐਲਥਮ ਦਾ ਜਨਾਬ ਰਾਇਲੇਨ ਮਾਰਕੀਟ ਹੈ ਨਾਲ ਮੋਬਾਈਲ ਕੇਅਰ ਹੈ ਸੁਪਰ ਡਰੱਗ ਹੈ ਇਹ ਸਾਹਮਣੇ ਪਾਕਿਸਤਾਨੀਆਂ ਦੀਆਂ ਦੁਕਾਨਾਂ ਨੇ ਇਹ ਲੰਡਨ ਬੁਚਰਸ ਐਂਡ ਗਰੋਸਰਸ ਇੱਥੇ ਆ ਕੇ
ਗੋਸ਼ਤ ਵਗੈਰਾ ਸਾਡੇ ਪਾਕਿਸਤਾਨੀ ਜਿਹੜੇ ਬਿਜ਼ਨਸਿਸ ਕਰਦੇ ਨੇ, ਸਾਡੇ ਪਾਸੇ ਫਖਰ ਦੀ ਗੱਲ ਹੈ ਕਿ ਸਾਡੇ ਪਾਕਿਸਤਾਨੀ ਦੁਨੀਆ ਦੇ ਜਿਹੜੇ ਵੀ ਕੋਨੇ ਦੇ ਟੁਰ ਜਾਣ ਉੱਥੇ ਹੀ ਜਾ ਕੇ ਇਹਨਾਂ ਨੇ ਆਪਣੇ ਝੰਡੇ ਗਾੜੇ ਨੇ। ਬਾਰਿਸ਼ ਹੋ ਰਹੀ ਜੀ ਰਾਤੀ 3 ਵਜੇ ਪੈਕਮ 'ਚ। ਇਹ ਜਨਾਬ ਪ੍ਰਾਈਮਾਰਕ ਹੈ ਜਿੱਥੇ ਮੈਂ ਜਾਪ ਕੀਤੀ ਸੀ, ਉਹ ਸਾਹਮਣੇ ਰਾਜ ਲੇਨ ਚਰਚ ਹੈ, ਨਾਲ ਹੀ ਲੇਨ ਦੇ ਨਾਲ ਹੀ ਇੱਥੇ ਸਾਊਥ ਈਸਟ ਲੰਡਨ ਦੇ ਵਿੱਚ ਇਹ ਏਲਸ਼ਮ ਸੈਂਟਰ ਹੈ, ਸ਼ਾਪਿੰਗ ਸੈਂਟਰ ਹੈ ਬੇਸਿਕਲੀ। ਆਲੇ ਦੁਆਲੇ ਕਾਫੀ ਦੁਕਾਨਾਂ ਦੁਕਾਨਾਂ ਨੇ, ਇੱਥੇ ਨੋਟਿਸ ਵਗੈਰਾ ਲਿਖੇ ਨੇ ਕਿੰਗ ਆਫ ਟ੍ਰੇਨਰ, ਉਹ ਥੱਲੇ ਜਨਾਬ ਬ੍ਰਾਂਡਿਡ ਸ਼ੂਜ਼ਾਂ ਦੀ ਦੁਕਾਨ ਹੈ। ਔਰ ਇਹ ਹੈਨਓਵਰ ਪਾਰਕ ਇਸ ਬੱਸ ਸਟਾਪ ਦਾ ਨਾਂ ਹੈ। ਔਰ ਬਾਰਿਸ਼ ਹੋ ਰਹੀ ਹੈ, ਇਹ ਗੱਡੀਆਂ ਜਿਹੜੀਆਂ ਆ ਰਹੀਆਂ ਨੇ ਕਿੱਥੇ ਕਿੱਥੇ ਜਾ ਰਹੀਆਂ ਨੇ, ਆਕਸਫੋਰਡ ਸਰਕਸ, ਪਾਰਲੀਮੈਂਟ ਸਕੁਏਅਰ, ਕੁਈਨਸ ਪਾਰਕ, ਫੈਲਗਰ ਸਕੁਏਅਰ, ਇੱਥੇ ਇੱਥੇ ਜਾਣ ਦੀਆਂ ਬੱਸਾਂ ਤੁਹਾਨੂੰ ਇੱਥੋਂ ਲੱਭ ਜਾਣਦੀਆਂ ਰਾਤੀ। ਔਰ ਇਹ ਵੇਖੋ ਨਾ ਡਿਜ਼ਾਇਨ ਕਿੱਡੇ ਕਿੱਡੇ ਸੋਹਣੇ ਲੱਗੇ ਨੇ, ਇੰਨੀ ਧਾਗਿਆਂ ਦੇ ਡਿਜ਼ਾਇਨ ਨੇ, ਇਹ ਸਿਰਫ ਧਾਗੇ ਨੇ, ਇਹ ਕੱਪੜਾ ਜਿਹੜਾ ਨਾ ਬੇਸਿਕਲੀ ਬੁਣਿਆ ਨਹੀਂ ਹੈ। ਲੇਕਿਨ ਮੌਜ ਹੀ ਹੈ ਨਾ ਜੀ ਕਿਸੇ ਦੀ। ਉਹ ਸਾਹਮਣੇ ਪ੍ਰਾਈਮਾਰਕ ਹੈ ਜਨਾਬ, ਇਹ ਕੋਰਨਰ 'ਤੇ ਪ੍ਰਾਈਮਾਰਕ, ਇੱਥੇ ਮੈਂ ਜੌਬ ਕੀਤੀ ਸੀ ਪਹਿਲੀ ਵਾਰੀ। ਸਾਊਥ ਲੰਡਨ ਦੇ ਵਿੱਚ ਇੱਕ ਇਲਾਕਾ ਹੈ ਪੈਕਮ, ਉਹਦੀ ਹਾਈ ਸਟਰੀਟ 'ਤੇ ਇਸ ਟਾਈਮ ਮੈਂ ਮੌਜੂਦ ਹਾਂ। ਔਰ ਮੇਰੇ ਵਾਸਤੇ ਬੜੀ ਇੱਕ ਸਪੈਸ਼ਲ ਇਹ ਏਰੀਆ ਹੈ ਲੰਡਨ ਦਾ, ਇਹ ਜਿਹੜਾ ਪਿੰਡ ਹੈ, ਕਿਉਂਕਿ ਮੈਂ ਸਭ ਤੋਂ ਪਹਿਲੀ ਜਿਹੜੀ ਕੈਰੀਅਰ ਦੀ ਜੌਬ ਕੀਤੀ ਸੀ ਉਹ ਇੱਥੇ ਪੈਕਮ ਰਾਏ 'ਚ ਕੀਤੀ ਸੀ। ਇੱਥੇ ਦਾ ਪੋਸਟ ਕੋਡ ਹੈ SC15। ਔਰ ਕੇਂਬਰਵੈਲ ਇਹਦੇ ਆਲੇ ਦੁਆਲੇ ਨੇਬਰ ਹੈ, ਇੱਕ ਸਾਈਡ 'ਤੇ ਬੇਸਿਕਲੀ ਕੇਂਬਰਵੈਲ ਹੈ, ਵੋਲਵਰਥ ਹੈ, ਲੂਸ਼ਮ ਹੈ, ਔਰ ਇਹ ਸਾਹਮਣੇ SC15 ਰਾਏ ਲੇਨ ਲਿਖੇ ਆ ਵੀ। ਇਹ ਕੋਸਟਾ ਕਾਫੀ ਹੈ ਥੱਲੇ, ਐਡੂਸਿਸ ਸ਼ਾਪ ਹੈ, ਨੈਂਡੋਜ਼ ਹੈ। ਇਹ ਹਾਈ ਸਟਰੀਟ 'ਤੇ ਹੁਣ ਮੈਂ ਵਾਕ ਕਰ ਰਿਹਾ ਇਸ ਟਾਈਮ ਰਾਤੀ 3 ਵਜੇ ਪੈਖਮ ਰਾਏ ਦੇ ਵਿੱਚ। ਹੈ ਡੇਂਜਰਸ ਏਰੀਆ ਜੇ, ਲੇਕਿਨ ਵੇਖ ਲਓ ਮੈਨੂੰ ਕਿਹੜਾ ਕਿਹੜਾ ਕੰਮ ਕਰਨਾ ਪੈਂਦਾ ਪਿਆ ਡੇਰੇਦਾਰਾਂ ਨੂੰ ਲੰਡਨ ਦੇ ਨਜ਼ਾਰੇ ਵਹਾਉਣ ਵਾਸਤੇ। 2:30 ਵਜੇ ਮੈਂ ਲੂਸ਼ਮ ਹੀ ਖਲੋਤੇ ਹਾਂ। ਇਹ ਲੈਬਨੀਜ਼ ਐਕਸਪ੍ਰੈਸ ਲਬਨਾਨ ਦੀ ਸ਼ਾਪ ਹੈ, ਨਾਲ ਕੈਫੇ ਡਿਲਾਈਟ ਹੈ, ਕੁਛ ਆਹ ਕੱਪ ਪੀਣਾ ਹੋਵੇ। ਇਹ ਸਾਹਮਣੇ ਲੂਸ਼ਮ ਲੇਨਜ਼ ਹੈ, ਇੱਥੇ ਤੁਸੀਂ ਉਹ ਖੇਡਣੇ ਹੋ ਨਾ, ਇਹ ਸਾਹਮਣੇ ਉਹ ਜਿਹੜੇ ਸੱਟ ਦੇਣੇ ਆ ਵੱਡੇ ਜਿਹੇ ਭਾਂਟੇ ਜਿਹੇ ਦੇ, ਅੱਗੇ ਉਹ ਚੀਜ਼ ਪਤਾ ਨਹੀਂ ਕੀ ਆਉਂਦੇ ਨੇ, ਪੜ੍ਹ ਲਓ ਕੀ ਲਿਖੇ ਆ। ਇਹ ਵਰਜਨ ਮੀਡੀਆ ਵਾਲਿਆਂ ਨੇ ਨਾ ਇੱਥੇ ਬਣਾਏ ਆ, ਕੰਪਨੀ ਖੋਲ੍ਹੀ। VIP ਗੇਮ ਹੁੰਦੀ ਹੈ ਇੱਕ ਚੌਂਕ ਦੇ ਵਿੱਚ ਨਾ, ਹਾਈ ਸਟਰੀਟ 'ਤੇ ਘੜਿਆਲ ਜਿਹਾ ਬਣਾਏ ਨੇ, ਖੰਭਾ ਲਾ ਕੇ ਨਾ, ਅਤੇ ਆਹ ਟਾਈਮ ਸ਼ਾਇਮ ਵੇਖਣ ਵਾਸਤੇ। ਇਹ ਵੇਖ ਲਓ ਕੀ ਟਾਈਮ ਹੋਇਆ ਅੱਜ ਮੈਂ ਖਲੋਤੇ ਹਾਂ ਇੱਥੇ ਰਾਤ ਤੋਂ, ਉਹ ਗੱਡੀ ਸਵਾਰੀਆਂ ਲੱਗ ਰਹੀ ਹੈ, ਪੈਨਸ਼ਨ 'ਚ ਬੈਠੇ ਨੇ ਇੱਥੇ ਬਹਿ ਸਕਦੇ ਹੋ ਨਾਲ ਹੀ, ਮਤਲਬ ਕਿ ਠੰਡੀ ਠੰਡੀ ਮਾਹੌਲ ਹੈ ਇੱਥੇ। ਸੁਬਹਾ ਦਿਹਾੜੀ ਬੜਾ ਜਿਹੜਾ ਨਾ ਰਸ਼ ਹੁੰਦਾ ਇਸ ਟਾਈਮ, ਜਨਾਬ ਕੱਖ ਵੀ ਨਹੀਂ ਮਿਲਿਆ, ਬੰਦਾ ਨਾ ਬੰਦੇ ਦੀ ਜ਼ਾਤ, ਓਨਲੀ ਰਾਜੇ ਹੋਰੀ। ਜੀ ਸਾਊਥ ਈਸਟ ਲੰਡਨ ਹੈ, SC13 ਲੂਸ਼ਮ ਹਾਈ ਸਟਰੀਟ 'ਤੇ ਖਲੋਤੇ ਹਾਂ। ਉਹ ਸਾਹਮਣੇ ਲੂਸ਼ਮ ਟੈਵਰਨ ਹੈ, ਔਰ ਇਹ ਨਾਲ ਹੀ HSBC ਬੈਂਕ ਹੈ। ਇਹ ਹਾਈ ਸਟਰੀਟ ਹੈ ਲੂਸ਼ਮ ਦੇ ਨਾਲ, ਬਾਰਕਲੇ ਬੈਂਕ, ਇਹ ਬਾਰਕਲੇ